ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਵਾਗਤ ਆ ਇੱਕ ਨਵੀਂ ਵੀਡੀਓ ਨਾਲ ਜੀ। ਸੋ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਦੀ ਪਿੰਡ ਸੂਸਾਂ ਦੀ ਵਿਸਾਖੀ ਦਿਖਾਉਂਦੇ ਹਾਂ ਜੀ। ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ ਕਰ ਦਿਓ ਅਤੇ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਅਤੇ ਚੱਲਦੇ ਹਾਂ ਆਪਾਂ ਗੁਰਦੁਆਰੇ ਵੱਲ ਅਤੇ ਦਿਖਾਉਂਦੇ ਹਾਂ ਬਾਕੀ ਤੁਹਾਨੂੰ ਰੌਣਕ ਮੇਲਾ ਲੱਗਿਆ, ਦੁਕਾਨਾਂ ਦੁਕਾਨਾਂ ਲੱਗੀਆਂ ਹੋਈਆਂ ਆ। ਅਤੇ ਆਓ ਜੀ। ਆਹ
ਰੌਣਕ ਮੇਲਾ ਲੱਗਿਆ ਹੋਇਆ ਪੂਰਾ ਵਿਸਾਖੀ ਦੇ ਝੂਲੇ ਵੱਡੇ ਵੱਡੇ ਲੱਗੇ ਹੋਏ ਆ ਦੇਖੋ ਨਿਆਣਿਆਂ ਦਾ ਇੰਟਰਟੇਨਮੈਂਟ ਹੋ ਰਿਹਾ ਜੀ।
ਵੈਰੀ ਕਪੋਣੀ ਕਿਹੜੀ ਪੋਣੀ ਦੋ ਵੈਰੀ ਜਿਹੜਾ ਮਰਜ਼ੀ ਪਾ ਲਾ ਦੋ ਵੈਰੀ ਕਰ ਦੇ ਭਾਈ ਸਾਰੇ ਬੜਾ ਹੋ ਜਾਂਦਾ ਭਾਜੀ ਨਹੀਂ ਨਹੀਂ ਸਾੜੇ ਉਹ ਕਾਲ ਹੋਰ ਇੱਕ ਆ ਬੜਾ ਦੇ ਬੜਾ ਚੀਅਰਸ ਚੀਅਰਸ ਹੋਰ ਭਾਜੀ ਚੀਅਰਸ ਹਾਲ ਬੜਾ ਠੀਕ ਹਾਲ ਹੈ ਲਓ ਜੀ ਮੇਰੇ ਵੀਰਿਓ ਹੁਣ ਅਸੀਂ ਚੱਲੇ ਹਾਂ ਜੀ ਬਰਿਆਲ ਵਾਲੀ ਸਾਈਡ ਉੱਥੇ ਮੱਥਾ ਟੇਕਾਂਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੁੜੇ ਰਹੋ ਇੱਥੇ ਸਾਡੀ ਵੀਡੀਓ ਨਾਲ ਜੀ ਲਓ ਜੀ ਬਰਿਆਲ ਪਹੁੰਚ ਚੁੱਕੇ ਹਾਂ ਜੀ ਅਸੀਂ ਮੇਲੇ 'ਤੇ ਆਪਣੇ ਪਿੰਡ ਸੂਸਾਂ ਵੀ ਵਿਸਾਖੀ ਦਾ ਮੇਲਾ ਲੱਗਾ ਹੋਇਆ ਅਤੇ ਬਰਿਆਲ ਵੀ ਲੱਗਾ ਹੋਇਆ ਬਾਕੀ ਦੇਖ ਸਕਦੇ ਤੁਸੀਂ ਆਲਾ ਦੁਆਲਾ ਜੀ ਦੀਪੂ ਕਿੱਦਾਂ ਫੇ ਹੈਂ ਦੇਖ ਲਾ ਮੈਨੂੰ ਤਾਂ ਕੋਈ ਨਹੀਂ ਗੱਲ ਚੱਲ ਦੇ ਭਰਾਵਾ ਜੀ ਆ ਗਏ ਹਾਂ ਬਰਿਆਲ ਬਾਕੀ ਸਰੋਵਰ ਦੇ ਵਿੱਚ ਜਿਹੜਾ ਵੀ ਬੰਦਾ ਇਸ਼ਨਾਨ ਕਰਦਾ ਹੈ ਜੀ ਉਹਦੇ ਪੂੜਾ ਫੈਂਸਣੀ ਮਤਲਬ ਕੋਈ ਪੂੜਾ ਹੋਇਆ ਹੋਵੇ ਸਰੀਰ 'ਤੇ ਕੋਈ ਫੈਂਸਣੀ ਹੋਈ ਹੋਵੇ ਜੀ ਸਭ ਕੁਝ ਦੂਰ ਹੋ ਜਾਂਦਾ ਜੀ ਇੱਦਾਂ ਦੀ ਜਗ੍ਹਾ ਹੈ ਜੀ ਇਹ ਬਾਕੀ ਬਾਬਾ ਜੀ ਦੀ ਜਗ੍ਹਾ ਉਹ ਸਾਹਮਣੇ ਹੈ ਜੀ ਬਾਕੀ ਸਾਰਾ ਬਾਜ਼ਾਰ ਸੱਜਿਆ ਹੋਇਆ ਜੀ ਲੱਗੀਆਂ ਹੋਈਆਂ ਦੁਕਾਨਾਂ ਹਾਂਜੀ ਹਾਂਜੀ ਸਰ ਹਾਂਜੀ ਬਾਕੀ ਇੱਧਰ ਲੰਗਰ ਲੱਗਾ ਹੋਇਆ ਜੀ ਸੰਗਤ ਆਈ ਜਾਂਦੀਆਂ ਜਾਈ ਜਾਂਦੀਆਂ ਇੱਕ ਟਰਾਲੀ ਆਈ ਆ ਇੱਕ ਚੱਲੀ ਹੈ